ਤੇ ਗੱਲ ਕਰਦੇ ਹਾਂ ਜਲੰਧਰ ਜ਼ਿਮਣੀ ਚੋਣ ਦੀ। ਜਲੰਧਰ ਜ਼ਿਮਣੀ ਚੋਣ ਦੀ ਅੱਜ ਮੁੱਖ ਮੰਤਰੀ ਵੱਲੋਂ ਪਹਿਲੀ ਰੈਲੀ ਕੀਤੀ ਗਈ ਔਰ ਇਸ ਰੈਲੀ ਦੇ ਵਿੱਚ ਇੱਕ ਕਾਂਗਰਸ ਪਾਰਟੀ ਦਾ ਵੱਡਾ ਚਿਹਰਾ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ। ਸੁਰਿੰਦਰ ਚੌਧਰੀ ਚੌਧਰੀ ਜਗਜੀਤ ਸਿੰਘ ਦੇ ਬੇਟੇ ਨੇ ਔਰ ਮਰਹੂਮ ਚੌਧਰੀ ਸੰਤੋਖ ਸਿੰਘ ਦੇ ਭਤੀਜੇ ਨੇ। ਚੌਧਰੀ ਸੰਤੋਖ ਸਿੰਘ ਦੀ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਜਿਹੜੀ ਹੈ ਖਾਲੀ ਹੋਈ ਹੈ, ਜਿਸ ਤੋਂ ਬਾਅਦ ਜ਼ਿਮਣੀ ਚੋਣ ਹੋ ਰਹੀ ਹੈ ਔਰ ਸੁਰਿੰਦਰ ਚੌਧਰੀ ਚੌਧਰੀ ਜਗਜੀਤ ਸਿੰਘ ਦੇ ਬੇਟੇ ਨੇ ਜਿਹੜੇ ਚੌਧਰੀ ਸੰਤੋਖ ਦੇ ਭਰਾ ਸੀ, ਯਾਨੀ ਚੌਧਰੀ ਸੰਤੋਖ ਦੇ ਪਰਿਵਾਰ 'ਚੋਂ ਆਉਂਦੇ ਨੇ ਅਤੇ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਮੁੱਖ ਮੰਤਰੀ ਵੱਲੋਂ ਖੁਦ ਸੁਰਿੰਦਰ ਚੌਧਰੀ ਨੂੰ ਪਾਰਟੀ 'ਚ ਸ਼ਾਮਿਲ ਕਰਵਾਇਆ ਗਿਆ। ਸੋ ਸੁਰਿੰਦਰ ਚੌਧਰੀ ਕਰਤਾਰਪੁਰ ਤੋਂ ਵਿਧਾਇਕ ਰਹਿ ਚੁੱਕੇ ਨੇ 2017 ਤੋਂ 22 ਤੱਕ। ਪਿਛਲੇ ਟੈਨਿਓਰ ਦੇ ਵਿੱਚ ਕਰਤਾਰਪੁਰ ਤੋਂ ਉਹ ਵਿਧਾਨ ਸਭਾ ਜਿੱਤ ਕੇ ਆਏ ਸੀ। ਸਾਡੇ ਦਰਮਿਆਨ ਇੱਕ ਐਸੀ ਸ਼ਖਸੀਅਤ ਜਿਨ੍ਹਾਂ ਨੇ ਬੈਕਗਰਾਊਂਡ, ਜਿਨ੍ਹਾਂ ਦੇ ਦਾਦਿਆਂ ਤੋਂ ਉਹ ਰਾਜਨੀਤੀ ਦੇ ਵਿੱਚ ਅਤੇ ਸਮਾਜਿਕ ਸੇਵਾ ਦੇ ਵਿੱਚ ਲੱਗੇ ਹੋਏ ਔਰ ਸਾਡੇ ਲਈ ਐਕਸਪੀਰੀਅੰਸ ਨੇ, ਸਾਡੇ ਤੋਂ ਵੱਡੇ ਨੇ, ਵੱਡੇ ਭਰਾ ਸੁਰਿੰਦਰ ਚੌਧਰੀ ਜੀ, ਉਹਨਾਂ ਨੇ ਵੀ ਮੈਨੂੰ ਅੱਜ ਇਹ ਗੱਲ ਕਹੀ ਹੈ ਕਿ ਮਾਨ ਸਾਹਿਬ ਮੈਂ ਵਲੰਟੀਅਰ ਬਣ ਕੇ ਆ ਰਿਹਾ, ਮੇਰਾ ਨਾਂ ਪਹਿਲਾਂ ਨਾ ਬੋਲਿਓ, ਮੇਰੇ ਤਾਂ ਜਦੋਂ ਤੁਸੀਂ ਸ਼ਾਮਿਲ ਕਰਾਉਣਾ ਹੈ ਉਦੋਂ ਸ਼ਾਮਿਲ ਕਰਾ ਲਓ, ਮੇਰੀ ਵਲੰਟੀਅਰਾਂ ਦੀ ਲਿਸਟ 'ਚ ਮੇਰਾ ਨਾਂ ਲਿਖ ਲਓ, ਇੱਕ ਵਾਰੀ ਜ਼ੋਰਦਾਰ ਤਾੜੀਆਂ ਉਹਨਾਂ ਦੇ ਨਾਂ ਦੇ। ਉਹ ਕਹਿੰਦੇ ਜੀ ਮੈਂ ਤਾਂ ਸੇਵਾ ਕਰਨੀ ਹੈ, ਜਿੱਥੇ ਮਰਜ਼ੀ ਡਿਊਟੀ ਲਾ ਦਿਓ। ਅਸੀਂ ਕਿਹਾ ਜੀ ਤੁਹਾਡੇ ਤਜਰਬੇ ਦੀ ਲੋੜ ਪਊਗੀ ਕਿਉਂਕਿ ਆਮ ਆਦਮੀ ਪਾਰਟੀ ਕਰੋੜਾਂ ਲੋਕਾਂ ਦੀ ਪਾਰਟੀ ਹੈ, ਅਸੀਂ ਦਰਵਾਜ਼ੇ ਬੰਦ ਨਹੀਂ ਕਰਦੇ ਵੀ ਬਸ ਹੋਰ ਨਹੀਂ, ਨਾ ਹਜੇ ਕਰੋੜਾਂ ਬੰਦਿਆਂ ਨੇ ਹੋਰ ਆਉਣਾ ਹੈ। ਇਸ ਪਾਰਟੀ ਨੇ ਪੂਰੇ ਮੁਲਕ ਦੇ ਵਿੱਚ ਫੈਲ, ਕੋਈ ਉਮੀਦ ਨਾ ਰੱਖਿਓ, ਪਹਿਲਾਂ ਚੈੱਕ ਕਰ ਚੁੱਕੇ ਨਾ। ਉਹ ਕਾਂਗਰਸੀ ਨੇ ਉਹਨਾਂ ਦਾ ਊਂ ਨਹੀਂ ਪਤਾ ਵੀ ਕਿੰਨੇ ਧੜੇ ਨੇ, ਕਈ ਕਾਂਗਰਸੀ ਤਾਂ ਇਹੋ ਜਿਹੇ ਨੇ ਜਿਹੜੇ ਮਤਲਬ ਬਸ ਇਕੱਲੇ ਇਹੀ ਦੇਖਣਾ ਵੀ ਉਹ ਕਿੱਧਰ ਜਾਂਦਾ ਹੈ, ਉਹ ਕਿਉਂ ਜਾਂਦਾ ਹੈ, ਇਹਨੂੰ ਕਿਵੇਂ ਹਰਾਈਏ, ਇਹਨੂੰ ਕਿਵੇਂ ਸਿੱਟੀਏ, ਇਹਨਾਂ ਕੰਮਾਂ 'ਤੇ ਲੱਗੇ ਹੈ। ਸੋ ਮੈਂ ਮੇਰੇ ਬਾਰੇ ਬੋਲੀ ਜਾਣ ਜਿੰਨਾ ਬੋਲੀ ਜਾਂਦੇ ਨੇ, ਇਹ ਤਾਂ ਕਹਿੰਦੇ ਪਹਿਲਾਂ ਦੇਖੋ ਕਿਵੇਂ ਬਦਲੇ ਨੇ ਇਹ, ਪਹਿਲਾਂ ਕਹਿੰਦੇ ਸੀ ਨਾ 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 ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣਦੀ, ਜਦੋਂ ਰਿਜ਼ਲਟ ਜੇ ਆਉਣ ਲੱਗੇ 60-65 ਹੀ ਆਉਣਗੀਆਂ, ਜ਼ਿਆਦਾ ਨਹੀਂ ਆਉਂਦੀਆਂ ਇਹਨਾਂ ਨੂੰ, ਜਦੋਂ 92 ਆ ਗਈਆਂ ਆ ਤਾਂ ਗਈਆਂ 3 ਮਹੀਨੇ ਚੱਲਣੀ ਨਹੀਂ ਇਹਨਾਂ ਤੋਂ, ਜਦੋਂ 3 ਮਹੀਨੇ ਚੱਲ ਵੀ ਬਿਜਲੀ ਨਹੀਂ ਫਰੀ ਕਰ ਸਕਦੇ, ਜਦੋਂ ਬਿਜਲੀ ਫਰੀ ਕਰਤੀ ਨੌਕਰੀਆਂ ਕਿੱਥੋਂ ਦੇਣਗੇ, ਜਦੋਂ ਨੌਕਰੀਆਂ ਦੇਣ ਲੱਗ ਗਏ ਹੁਣ ਤਾਂ ਸਿੱਧੇ ਹੀ ਰੌਲੇ 'ਤੇ ਆ ਗਏ, ਮੈਂ ਨਹੀਂ ਮੈਂ ਕਿਉਂ ਚਲਾਈ ਜਾਂਦੇ ਨੇ, ਹਰ ਗੱਲ ਕਰੀ ਜਾਂਦੇ ਨੇ, ਬਸ ਆਹ ਫਰਕ ਹੈ ਇਹਨਾਂ ਕੀ ਕਰੀਏ ਨਾ। ਅਤੇ CM ਭਗਵੰਤ ਮਾਨ ਵੱਲੋਂ ਅੱਜ ਬਿਜਲੀ ਦਾ ਵੀ ਜ਼ਿਕਰ ਕੀਤਾ ਗਿਆ, ਉਹਨਾਂ ਕਿਹਾ ਕਿ ਗਰਮੀ ਦੇ ਪੀਕ ਸੀਜ਼ਨ ਤੋਂ ਪਹਿਲਾਂ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਇਸ ਵਾਰੀ ਬਿਜਲੀ ਚਮੱਕਾ ਵੀ ਨਹੀਂ ਮਾਰੇਗੀ। ਇਹ ਸ਼ਬਦ ਵਰਤੇ ਗਏ CM ਭਗਵੰਤ ਮਾਨ ਵੱਲੋਂ ਕਿ ਇਸ ਵਾਰੀ ਬਿਜਲੀ ਦਾ ਚਮੱਕਾ ਵੀ ਨਹੀਂ ਵੱਜੇਗਾ, ਬਿਜਲੀ ਜਾਣੀ ਤਾਂ ਦੂਰ ਦੀ ਗੱਲ ਹੈ। ਇਹ ਇੱਕ ਵੱਡਾ ਦਾਅਵਾ ਹੈ ਜਿਹੜਾ CM ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਜੋ ਸਰਕਾਰੀ ਦਫ਼ਤਰਾਂ ਜਾਂ ਸਰਕਾਰੀ ਕਰਮਚਾਰੀਆਂ ਦੇ ਕੰਮ ਕਰਨ ਦੇ ਘੰਟਿਆਂ ਨੂੰ ਲੈ ਕੇ ਜੋ ਫੈਸਲਾ ਲਿਆ, ਜੋ ਐਡਵਾਂਸ ਕੀਤਾ ਕਿ ਸਵੇਰੇ 7:30 ਆਉਣਗੇ, 2 ਵਜੇ ਤੱਕ ਡਿਊਟੀ ਹੋਇਆ ਕਰੇਗੀ, ਇਸ ਫੈਸਲੇ ਦੀ ਪੂਰੇ ਦੇਸ਼ ਦੇ ਵਿੱਚ ਚਰਚਾ ਹੋ ਰਹੀ ਹੈ। ਉਹਨਾਂ ਕਿਹਾ ਕਿ ਬਾਕੀ ਸੂਬਿਆਂ ਦੇ CM ਸਾਡੇ ਇਸ ਫੈਸਲੇ ਦੀ ਤਾਰੀਫ ਕਰ ਰਹੇ ਨੇ। ਘਰਾਂ ਦੀ ਬਿਜਲੀ ਮੁਫ਼ਤ ਕਰ ਦਾਂਗੇ, ਜ਼ੀਰੋ ਬਿੱਲ ਆਇਆ ਕਰੂ, ਤਾਂ ਕੀ ਕਹਿੰਦੇ ਸੀ ਕਾਂਗਰਸ ਅਤੇ ਅਕਾਲੀਆਂ ਵਾਲੇ, ਪੈਸੇ ਕਿੱਥੋਂ ਆਉਣਗੇ? ਅਸੀਂ ਉਹਨਾਂ ਨੂੰ ਦੱਸਿਆ ਨਹੀਂ ਜਾਣ ਕੇ, ਕਿਉਂਕਿ ਸਾਨੂੰ ਪਤਾ ਸੀ ਪੈਸੇ ਇਹਨਾਂ 'ਚ ਹੀ ਪਏ ਨੇ, ਇਹਨਾਂ 'ਚ ਹੀ ਕੱਢਾਂਗੇ। ਸੋ ਉਹਨਾਂ 'ਚੋਂ ਪੈਸੇ ਕੱਢੇ ਹੈ ਅਤੇ 80% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਨਾ, ਬਸ ਫਿਰ। ਅਤੇ ਬਿਜਲੀ ਬੋਰਡ ਦਾ ਇਹ ਵੀ ਨਹੀਂ ਹੈਗਾ, ਬਿਜਲੀ ਬੋਰਡ ਨੂੰ ਅਸੀਂ ਘਾਟੇ 'ਚ ਛੱਡ ਕੇ ਅਤੇ ਕੋਈ ਇਹੋ ਜਿਹਾ ਕੰਮ ਕਰ ਦਈਏ। ਬਿਜਲੀ ਬੋਰਡ ਦਾ 20,200 ਕਰੋੜ ਰੁਪਈਆ ਜਿੰਨਾ ਵੀ ਸਬਸਿਡੀ ਦਾ 1 ਸਾਲ ਦਾ ਦੇਣਾ ਸੀ, ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ 'ਚ, ਅਸੀਂ ਪੈਸੇ ਸਾਰੇ ਦੇ ਤੇ ਭਾਅ ਜੀ। ਉਹ